ਬਠਿੰਡਾ ਚੱਲਦੇ ਆ ਜਿੱਥੇ ਅਕਾਲੀ ਲੀਡਰ ਸੂਪਚੰਦ ਸਿੰਗਲਾ ਨੇ ਕਾਲੀਆਂ ਪੱਟੀਆਂ ਬੰਨ ਕੇ ਲੋਕਾਂ ਦੇ ਨਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਪ੍ਰਦਰਸ਼ਨ ਕੀਤਾ। ਇਸ ਮੌਕੇ ਸਿੰਗਲਾ ਨੇ ਇਲਜ਼ਾਮ ਲਾਇਆ ਕਿ ਲੋਕ ਹਿੱਤ ਵਿੱਚ ਆਵਾਜ਼ ਬੁਲੰਦ ਕਰਨ ਤੇ ਡਰੋਨ ਲਈ ਉਹਨਾਂ ਦੀ ਪ੍ਰਾਪਰਟੀ ਜਾਣ ਬੁੱਝ ਕੇ ਸੀਲ ਕਰ ਦਿੱਤੀ ਗਈ ਹੈ। ਸਿੰਗਲਾ ਨੇ ਆਖਿਆ ਕਿ ਪ੍ਰਾਪਰਟੀ ਦੇ ਮਾਲਕ ਨੇ ਪਰ ਉਹਨਾਂ ਨੂੰ ਕੋਈ ਨੋਟਿਸ ਨਹੀਂ ਭੇਜਿਆ ਗਿਆ। ਇਹ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਸਰੂਪਚੰਦ ਸਿੰਗਲਾ ਦੇ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸਾਡੇ ਤੇ ਐਲੀਗੇਸ਼ਨ ਹੈ ਵੀ ਤੁਸੀਂ ਜੀਤ ਪੈਲਸ ਰੈਗੂਲਰ ਨਹੀਂ ਕਰਾਇਆ, ਪਰ ਉਹਨਾਂ ਦੇ ਨੋਟਸ ਦੇ ਉੱਤੇ ਮੈਂ ਲਿਖ ਕੇ ਦੇ ਕੇ ਆਇਆ ਕਿ ਲੋਕਡਾਊਨ ਦਾ ਪੀਰੀਅਡ ਹੈ, ਪੰਜਾਬ ਸਰਕਾਰ ਨੇ ਵੀ ਆਪਦੇ ਆ ਸਾਰੀਆਂ ਜਿਹੜੇ ਲਾਇਸੈਂਸ ਆ ਹੋਰ ਹੈ ਉਹਨਾਂ ਸਾਰਿਆਂ ਨੂੰ ਡੈਫਰ ਕਰਤਾ ਦਸੰਬਰ ਤੱਕ। ਅਤੇ ਨਾਲ ਮੈਂ ਇਹ ਵੀ ਲਿਖ ਦਿੱਤਾ ਅਸੀਂ ਜੀਤ ਪੈਲਸ ਨੂੰ ਬੰਦ ਕਰ ਚੁੱਕੇ ਹਾਂ, ਜਿੰਨਾ ਚਿਰ ਸਾਡੇ ਕੋਲ ਪਰਮਿਸ਼ਨ ਨਹੀਂ ਆਊਗੀ ਉਹਨਾਂ ਚਿਰ ਅਸੀਂ ਜੀਤ ਪੈਲਸ ਨੂੰ ਨਹੀਂ ਚਲਾਵਾਂਗੇ। ਪਰ ਇਹਨਾਂ ਨੇ ਇੱਕੋ ਇੱਕ ਇਹਨਾਂ ਦਾ ਮਕਸਦ ਸੀ ਡਰਾਉਣਾ, ਪਰ ਅਸੀਂ ਅੱਜ ਇਹ ਦੱਸਣਾ ਚਾਹੁੰਦੇ ਹਾਂ ਅਸੀਂ ਡਰਦੇ ਨਹੀਂ, ਜਿਹੜਾ ਸਾਨੂੰ ਡਰਾਉਣਗੇ ਅਸੀਂ ਉਹਨਾਂ ਦੀ ਤਹਿ ਤੱਕ ਜਾਵਾਂਗੇ, ਉੱਥੇ ਤੱਕ ਪਹੁੰਚਾਂਗੇ ਜਿੱਥੋਂ ਤੱਕ ਉਹਨੂੰ ਇਹ ਮਹਿਸੂਸ ਹੋਵੇ ਵੀ ਇਹ ਲੋਕ ਡਰਨ ਵਾਲੇ ਨਹੀਂ ਹੈ।